ਬਹੁਤ ਵਧੀਆ, ਸਭ ਤੋਂ ਸਾਥ ਮਿਲ ਰਿਹਾ, ਸਾਰੇ ਮੇਰੇ ਨਾਲ ਨੇ। ਵੋਟ ਬਹੁਤ ਵਧੀਆ ਪੈ ਰਹੀ ਹੈ, 7ਵੇਂ ਤੋਂ ਸ਼ੁਰੂ ਹੋਏ ਨੇ, ਸਾਰੇ ਵੋਟ ਵਧੀਆ ਪਾ ਰਹੇ ਨੇ ਤੱਕੜੀ ਨੂੰ। ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਇੱਕ ਇੱਕ ਵੋਟ ਤੱਕੜੀ ਨੂੰ ਪਾ ਕੇ ਆਪਣੀ ਕਾਮਯਾਬੀ ਬਣਾਓ। ਸਾਰੇ ਮੇਰੇ ਨਾਲ ਨੇ, ਬਹੁਤ ਵਧੀਆ ਮੈਨੂੰ ਸਾਥ ਮਿਲ ਰਿਹਾ, ਅਸੀਂ ਮੇਰੀ ਇਹੀ ਬੇਨਤੀ। ਲੱਗਦਾ ਨਹੀਂ ਮੈਡਮ ਅੱਜ ਜਿਹੜੇ ਤੁਹਾਡੇ ਪੱਕੇ ਵੋਟਰ ਹੋਣਗੇ ਉਹਨਾਂ ਨੂੰ ਕਨਫਿਊਜ਼ਨ ਹੋ ਰਹੀ ਹੈ? ਪ੍ਰਧਾਨ ਸਾਹਿਬ ਕਹਿੰਦੇ ਹਾਥੀ ਮਗਰ ਜਾਓ, ਉਹਨਾਂ ਦੇਖਣਾ ਨਿਸ਼ਾਨ ਤਾਂ ਤੱਕੜੀ ਵੀ ਪਿਆ ਵਾ ਇੱਥੇ। ਹਾਥੀ ਦਾ ਆਪਾਂ ਕਦੀ ਸੁਣਿਆ ਨਹੀਂ ਅੱਜ ਤੱਕ, ਤੱਕੜੀ ਸੁਣਦੇ ਆ, ਤੱਕੜੀ ਨੂੰ ਪਾਣੀ ਹੈ। ਹਾਂਜੀ, ਲੀਡਰਸ਼ਿਪ ਦਾ ਕਿੱਦਾਂ ਸਹਿਯੋਗ ਰਿਹਾ, ਚਾਹੇ ਬੀਬੀ ਜਗੀਰ ਕੌਰ ਹੋਣੇ, ਬਟਾਲਾ ਸਾਹਿਬ ਹੋ ਗਏ, ਲਗਾਤਾਰ ਤੁਹਾਡੇ ਨਾਲ ਖੜੇ ਰਹੇ ਨੇ? ਉਹ ਮੇਰੇ ਨਾਲ ਨੇ, ਉਹਨਾਂ ਨੇ ਬਹੁਤ ਸਹਿਯੋਗ ਦਿੱਤਾ। ਬਟਾਲਾ ਜੀ ਨੇ, ਬੀਬੀ ਜਗੀਰ ਕੌਰ ਜੀ ਨੇ, ਸਾਡੇ ਅਕਾਲੀ ਦਲ ਦੇ ਚੰਦੂ ਮਾਜਰਾ ਹੋ ਗਏ, ਅਕਾਲੀ ਦਲ ਦੇ ਸਾਰੇ ਸਾਡੀਆਂ ਪਾਰਟੀਆਂ ਦੇ ਜਲੰਧਰ ਦੇ ਜਿੰਨੇ ਵੀ ਲੀਡਰਸ਼ਿਪ ਹੈ, ਮੈਨੂੰ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ। ਮੈਡਮ ਹਾਲਾਤ ਇੱਦਾਂ ਦੇ ਸੀਗੇ ਕਿ ਇਸ ਵਾਰ ਲੱਗ ਰਿਹਾ ਕਿ ਅਕਾਲੀ ਦਲ ਦਾ ਆਪਸ 'ਚ ਹੀ ਕੰਪੀਟੀਸ਼ਨ ਸੀਗਾ, ਹੈ ਤੇ ਲੱਗਦਾ ਹੈਗਾ ਇਹ ਵੀ ਚੀਜ਼ ਦਿਮਾਗ 'ਚ ਰਹੂਗੀ ਤੁਹਾਡੇ? ਕੰਪੀਟੀਸ਼ਨ ਬਾਰੇ ਮੈਂ ਤਾਂ ਕੁਛ ਨਹੀਂ ਬੋਲ ਸਕਦੀ, ਜੋ ਸਾਡੀ ਜ਼ਿੰਮੇਵਾਰੀ ਉਹ ਅਸੀਂ ਨਿਭਾ ਰਹੇ ਹਾਂ। ਵੋਟਰਾਂ ਨੂੰ ਕੀ ਅਪੀਲ ਕਰੋਗੇ? ਵੋਟਰਾਂ ਨੂੰ ਇਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਇੱਕ ਮੋਹਰ ਤੱਕੜੀ ਲਾਓ, ਸਾਡਾ ਸਾਥ ਦਿਓ, ਪੂਰਾ ਸਹਿਯੋਗ ਸਾਨੂੰ ਵਧੀਆ ਮਿਲ ਰਿਹਾ, ਤੁਸੀਂ ਵੀ ਦਿਓ। ਹਾਂਜੀ ਮੈਡਮ, ਅੱਜ ਵੱਡਾ ਦਿਨ ਹੈਗਾ ਦਾ, ਹੌਸਲਾ ਨਹੀਂ ਹਾਰਿਆ ਤੁਸੀਂ, ਖੜੇ ਰਹੇ ਡਟ ਕੇ, ਕਿੱਦਾਂ ਦੇਖਦੇ ਪਏ ਹੁਣ ਮਾਹੌਲ, ਕਿਉਂਕਿ ਹੁਣ ਤਾਂ ਪ੍ਰੀਖਿਆ ਦਾ ਸਮੇਂ ਆ ਗਿਆ? ਮੈਨੂੰ ਤਾਂ ਬਹੁਤ ਵਧੀਆ, ਸਭ ਤੋਂ ਸਾਥ ਮਿਲ ਰਿਹਾ, ਸਾਰੇ ਮੇਰੇ ਨਾਲ ਨੇ। ਵੋਟ ਬਹੁਤ ਵਧੀਆ ਪੈ ਰਹੀ ਹੈ, 7ਵੇਂ ਤੋਂ ਸ਼ੁਰੂ ਹੋਏ ਨੇ, ਸਾਰੇ ਵੋਟ ਵਧੀਆ ਪਾ ਰਹੇ ਨੇ ਤੱਕੜੀ ਨੂੰ। ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਇੱਕ ਇੱਕ ਵੋਟ ਤੱਕੜੀ ਨੂੰ ਪਾ ਕੇ ਆਪਣੀ ਕਾਮਯਾਬੀ ਬਣਾਓ। ਸਾਰੇ ਮੇਰੇ ਨਾਲ ਨੇ, ਬਹੁਤ ਵਧੀਆ ਮੈਨੂੰ ਸਾਥ ਮਿਲ ਰਿਹਾ, ਅਸੀਂ ਮੇਰੀ ਇਹੀ ਬੇਨਤੀ। ਲੱਗਦਾ ਨਹੀਂ ਮੈਡਮ ਅੱਜ ਜਿਹੜੇ ਤੁਹਾਡੇ ਪੱਕੇ ਵੋਟਰ ਹੋਣਗੇ ਉਹਨਾਂ ਨੂੰ ਕਨਫਿਊਜ਼ਨ ਹੋ ਰਹੀ ਹੈ? ਪ੍ਰਧਾਨ ਸਾਹਿਬ ਕਹਿੰਦੇ ਹਾਥੀ ਮਗਰ ਜਾਓ, ਉਹਨਾਂ ਨੂੰ ਦੇਖਣਾ ਨਿਸ਼ਾਨ ਤਾਂ ਤੱਕੜੀ ਵੀ ਪਿਆ ਵਾ ਇੱਥੇ। ਹਾਥੀ ਦਾ ਆਪਾਂ ਕਦੀ ਸੁਣਿਆ ਨਹੀਂ ਅੱਜ ਤੱਕ, ਤੱਕੜੀ ਸੁਣਦੇ ਆ, ਤੱਕੜੀ ਨੂੰ ਪਾਣੀ ਹੈ। ਹਾਂਜੀ, ਲੀਡਰਸ਼ਿਪ ਦਾ ਕਿੱਦਾਂ ਸਹਿਯੋਗ ਰਿਹਾ, ਚਾਹੇ ਬੀਬੀ ਜਗੀਰ ਕੌਰ ਹੋਣੇ, ਬਟਾਲਾ ਸਾਹਿਬ ਹੋ ਗਏ, ਲਗਾਤਾਰ ਤੁਹਾਡੇ ਨਾਲ ਖੜੇ ਰਹੇ ਨੇ? ਉਹ ਮੇਰੇ ਨਾਲ ਨੇ, ਉਹਨਾਂ ਨੇ ਬਹੁਤ ਸਹਿਯੋਗ ਦਿੱਤਾ। ਬਟਾਲਾ ਜੀ ਨੇ, ਬੀਬੀ ਜਗੀਰ ਕੌਰ ਜੀ ਨੇ, ਸਾਡੇ ਅਕਾਲੀ ਦਲ ਦੇ ਚੰਦੂ ਮਾਜਰਾ ਹੋ ਗਏ, ਅਕਾਲੀ ਦਲ ਦੇ ਸਾਰੇ ਸਾਡੀਆਂ ਪਾਰਟੀਆਂ ਦੇ ਜਲੰਧਰ ਦੇ ਜਿੰਨੇ ਵੀ ਲੀਡਰਸ਼ਿਪ ਹੈ, ਮੈਨੂੰ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ। ਮੈਡਮ ਹਾਲਾਤ ਇੱਦਾਂ ਦੇ ਸੀਗੇ ਕਿ ਇਸ ਵਾਰ ਲੱਗ ਰਿਹਾ ਕਿ ਅਕਾਲੀ ਦਲ ਦਾ ਆਪਸ 'ਚ ਹੀ ਕੰਪੀਟੀਸ਼ਨ ਸੀਗਾ, ਹੈ ਤੇ ਲੱਗਦਾ ਹੈਗਾ ਇਹ ਵੀ ਚੀਜ਼ ਦਿਮਾਗ 'ਚ ਰਹੂਗੀ ਤੁਹਾਡੇ? ਕੰਪੀਟੀਸ਼ਨ ਬਾਰੇ ਮੈਂ ਤਾਂ ਕੁਛ ਨਹੀਂ ਬੋਲ ਸਕਦੀ, ਜੋ ਸਾਡੀ ਜ਼ਿੰਮੇਵਾਰੀ ਉਹ ਅਸੀਂ ਨਿਭਾ ਰਹੇ ਹਾਂ। ਵੋਟਰਾਂ ਨੂੰ ਕੀ ਅਪੀਲ ਕਰੋਗੇ? ਵੋਟਰਾਂ ਨੂੰ ਇਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਇੱਕ ਮੋਹਰ ਤੱਕੜੀ ਲਾਓ, ਸਾਡਾ ਸਾਥ ਦਿਓ, ਪੂਰਾ ਸਹਿਯੋਗ ਸਾਨੂੰ ਵਧੀਆ ਮਿਲ ਰਿਹਾ, ਤੁਸੀਂ ਵੀ ਦਿਓ। ਮੈਡਮ ਅੱਜ ਵੱਡਾ ਦਿਨ ਹੈਗਾ ਦਾ, ਹੌਸਲਾ ਨਹੀਂ ਹਾਰਿਆ ਤੁਸੀਂ, ਖੜੇ ਰਹੇ ਡਟ ਕੇ, ਕਿੱਦਾਂ ਦੇਖਦੇ ਪਏ ਹੁਣ ਮਾਹੌਲ, ਕਿਉਂਕਿ ਹੁਣ ਤਾਂ ਪ੍ਰੀਖਿਆ ਦਾ ਸਮੇਂ ਆ ਗਿਆ? ਮੈਨੂੰ ਤਾਂ ਬਹੁਤ ਵਧੀਆ, ਸਭ ਤੋਂ ਸਾਥ ਮਿਲ ਰਿਹਾ, ਸਾਰੇ ਮੇਰੇ ਨਾਲ ਨੇ। ਵੋਟ ਬਹੁਤ ਵਧੀਆ ਪੈ ਰਹੀ ਹੈ, 7ਵੇਂ ਤੋਂ ਸ਼ੁਰੂ ਹੋਏ ਨੇ, ਸਾਰੇ ਵੋਟ ਵਧੀਆ ਪਾ ਰਹੇ ਨੇ ਤੱਕੜੀ ਨੂੰ। ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਇੱਕ ਇੱਕ ਵੋਟ ਤੱਕੜੀ ਨੂੰ ਪਾ ਕੇ ਆਪਣੀ ਕਾਮਯਾਬੀ ਬਣਾਓ। ਸਾਰੇ ਮੇਰੇ ਨਾਲ ਨੇ, ਬਹੁਤ ਵਧੀਆ ਮੈਨੂੰ ਸਾਥ ਮਿਲ ਰਿਹਾ, ਅਸੀਂ ਮੇਰੀ ਇਹੀ ਬੇਨਤੀ। ਲੱਗਦਾ ਨਹੀਂ ਮੈਡਮ ਅੱਜ ਜਿਹੜੇ ਤੁਹਾਡੇ ਪੱਕੇ ਵੋਟਰ ਹੋਣਗੇ ਉਹਨਾਂ ਨੂੰ ਕਨਫਿਊਜ਼ਨ ਹੋ ਰਹੀ ਹੈ? ਪ੍ਰਧਾਨ ਸਾਹਿਬ ਕਹਿੰਦੇ ਹਾਥੀ ਮਗਰ ਜਾਓ, ਉਹਨਾਂ ਨੂੰ ਦੇਖਣਾ ਨਿਸ਼ਾਨ ਤਾਂ ਤੱਕੜੀ ਵੀ ਪਿਆ ਵਾ ਇੱਥੇ। ਹਾਥੀ ਦਾ ਆਪਾਂ ਕਦੀ ਸੁਣਿਆ ਨਹੀਂ ਅੱਜ ਤੱਕ, ਤੱਕੜੀ ਸੁਣਦੇ ਆ, ਤੱਕੜੀ ਨੂੰ ਪਾਣੀ ਹੈ। ਹਾਂਜੀ, ਲੀਡਰਸ਼ਿਪ ਦਾ ਕਿੱਦਾਂ ਸਹਿਯੋਗ ਰਿਹਾ, ਚਾਹੇ ਬੀਬੀ ਜਗੀਰ ਕੌਰ ਹੋਣੇ, ਬਟਾਲਾ ਸਾਹਿਬ ਹੋ ਗਏ, ਲਗਾਤਾਰ ਤੁਹਾਡੇ ਨਾਲ ਖੜੇ ਰਹੇ ਨੇ? ਉਹ ਮੇਰੇ ਨਾਲ ਨੇ, ਉਹਨਾਂ ਨੇ ਬਹੁਤ ਸਹਿਯੋਗ ਦਿੱਤਾ। ਬਟਾਲਾ ਜੀ ਨੇ, ਬੀਬੀ ਜਗੀਰ ਕੌਰ ਜੀ ਨੇ, ਸਾਡੇ ਅਕਾਲੀ ਦਲ ਦੇ ਚੰਦੂ ਮਾਜਰਾ ਹੋ ਗਏ, ਅਕਾਲੀ ਦਲ ਦੇ ਸਾਰੇ ਸਾਡੀਆਂ ਪਾਰਟੀਆਂ ਦੇ ਜਲੰਧਰ ਦੇ ਜਿੰਨੇ ਵੀ ਲੀਡਰਸ਼ਿਪ ਹੈ, ਮੈਨੂੰ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ। ਮੈਡਮ ਹਾਲਾਤ ਇੱਦਾਂ ਦੇ ਸੀਗੇ ਕਿ ਇਸ ਵਾਰ ਲੱਗ ਰਿਹਾ ਕਿ ਅਕਾਲੀ ਦਲ ਦਾ ਆਪਸ 'ਚ ਹੀ ਕੰਪੀਟੀਸ਼ਨ ਸੀਗਾ, ਹੈ ਤੇ ਲੱਗਦਾ ਹੈਗਾ ਇਹ ਵੀ ਚੀਜ਼ ਦਿਮਾਗ 'ਚ ਰਹੂਗੀ ਤੁਹਾਡੇ?
ਕੰਪੀਟੀਸ਼ਨ ਬਾਰੇ ਮੈਂ ਤਾਂ ਕੁਛ ਨਹੀਂ ਬੋਲ ਸਕਦੀ, ਜੋ ਸਾਡੀ ਜ਼ਿੰਮੇਵਾਰੀ ਉਹ ਅਸੀਂ ਨਿਭਾ ਰਹੇ ਹਾਂ। ਵੋਟਰਾਂ ਨੂੰ ਕੀ ਅਪੀਲ ਕਰੋਗੇ? ਵੋਟਰਾਂ ਨੂੰ ਇਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਇੱਕ ਮੋਹਰ ਤੱਕੜੀ ਲਾਓ, ਸਾਡਾ ਸਾਥ ਦਿਓ, ਪੂਰਾ ਸਹਿਯੋਗ ਸਾਨੂੰ ਵਧੀਆ ਮਿਲ ਰਿਹਾ, ਤੁਸੀਂ ਵੀ ਦਿਓ। ਹਾਂਜੀ।